ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਸੋ ਆਉ ਸ੍ਰੀ ਰਾਗ ਵਿੱਚ ਪਹਿਲੇ ਸਰੂਪ ਪਾਤਸ਼ਾਹ ਉਚਾਰਨ ਕਰਦੇ ਹਨ ਚੱਲ ਰਹੀ ਲੜੀਵਾਰ ਵਿਚਾਰ ਸ੍ਰੀ ਰਾਗ ਦਾ ਪਹਿਲੇ ਪਾਤਸ਼ਾਹ ਜੀ ਦਾ ਇਹ 12ਵਾਂ ਸ਼ਬਦ ਹੈ ਸਿੱਖਾਂ ਨੇ ਬੇਨਤੀ ਕੀਤੀ ਕਿ اے ਸਤਿਗੁਰੂ ਜੀ ਸਿਫਤ ਕਰਨ ਵਾਲੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਤਦ ਸਤਿਗੁਰੂ ਜੀ ਫਰਮਾਉਂਦੇ ਹਨ ਧਾਤ ਮਿਲੇ ਫੁਨ ਧਾਤ ਕਉ ਸਿਫਤੀ ਸਿਫਤ ਸਮਾਈ ਹਾਂ ਭਾਈ ਜਿਸ ਪ੍ਰਕਾਰ ਸੋਨੇ ਦੀ ਢਾਲੀ ਹੋਈ ਧਾਤ ਫੁਨ ਕਈਏ ਫੇਰ ਸੋਨੇ ਦੀ ਧਾਤ ਨੂੰ ਹੀ ਤਾਂ ਹੀ ਮਿਲ ਜਾਂਦੀ ਹੈ ਚਾਂਦੀ ਦੀ ਚਾਂਦੀ ਤਾਈ ਤਾਂਬੇ ਦੀ ਤਾਂਬੇ ਤਾਈ ਮਿਲ ਜਾਂਦੀ ਹੈ ਜਿਸ ਪ੍ਰਕਾਰ ਧੌਣ ਵਾਲੇ ਨਦੀਆਂ ਨਾਲਿਆਂ ਦੇ ਪਾਣੀ ਧਾਤ ਕਈਏ ਦੌੜ ਕੇ ਸਮੁੰਦਰ ਵਿੱਚ ਜਾ ਮਿਲਦੇ ਹਨ ਉਸੇ ਪ੍ਰਕਾਰ ਸਿਫਤਾਂ ਕਰਨ ਵਾਲੇ ਗੁਰਮਖ ਜਨ ਸਿਫਤ ਵਾਲੇ ਪਰਮੇਸ਼ਰ ਵਿੱਚ ਸਮਾਏ ਕਈਏ ਭੇਦ ਹੋ ਜਾਂਦੇ ਹਨ ਪਾਤਸ਼ਾਹ ਦਾ ਪਾਵਨ ਬਾਕ ਹੈ ਜਿਉਂ ਜਲ ਮਹਿ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਪਾਵਨ ਦਸਮ ਗ੍ਰੰਥ ਦੇ ਬਾਕ ਹਨ ਜੈਸੇ ਇੱਕ ਆਗਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾਹੇਗੇ ਜਿਸ ਤਰ੍ਹਾਂ ਧੂੜ ਦੇ ਕਿਣਕੇ ਧੂੜ ਵਿੱਚ ਹੀ ਮਿਲ ਜਾਂਦੇ ਹਨ ਤੇ ਅੱਗ ਦੇ ਕਿਣਕੇ ਅੱਗ ਵਿੱਚ ਹੀ ਮਿਲ ਜਾਂਦੇ ਹਨ ਉਸੀ ਤਰ੍ਹਾਂ ਪਿੰਨ ਪਿੰਨ ਜੀ ਵੀ ਬ੍ਰਹਮ ਵਿੱਚ ਸਮਾ ਜਾਂਦੇ ਹਨ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਜਿਵੇਂ ਗੁਲਾਲ ਪੋਸਤ ਦੀ ਬਾਦ ਦਾ ਫੁੱਲ ਜੋ ਲਾਲ ਸੁਹਾ ਹੁੰਦਾ ਹੈ ਜਿਸ ਵਿੱਚ ਕੋਈ ਦਾਗ ਨਹੀਂ ਹੁੰਦਾ ਅਤੇ ਗਹਿਬਰਾ ਕੀ ਸੰਗਣਾ ਬੜਾ ਗਾੜਾ ਹੁੰਦਾ ਹੈ ਇਸੇ ਪ੍ਰਕਾਰ ਸੱਚੇ ਪਰਮੇਸ਼ਰ ਦੇ ਨਾਮ ਦੇ ਰੰਗ ਨੂੰ ਚੜ੍ਹਾ ਨਾ ਕਰੋ ਸੱਚੇ ਪ੍ਰਭੂ ਦੇ ਪ੍ਰੇਮ ਦੁਆਰਾ ਸਿਵਤ ਪਿਆਲੇ ਤਾਈਂ ਸੱਚਾ ਲਾਲ ਭਾਵ ਮੰਨ ਕਰਕੇ ਗੁਲਾਲ ਭਾਵ ਰਾਗ ਇੰਦਰੀਆਂ ਕਰਕੇ ਬਾਣੀ ਕਰਕੇ ਗਹਿਬਰਾ ਗਾੜਾ ਸਰੀਰ ਕਰਕੇ ਰੰਗ ਚੜਾਵੋ ਫਿਰ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਭਾਈ ਇਸ ਪ੍ਰਕਾਰ ਜਦੋਂ ਸੱਚ ਨਾਲ ਮਨ ਮਿਲ ਜਾਵੇਗਾ ਤਾਂ ਚਿੱਤ ਵੀ ਸੰਤੋਖੀ ਆ ਸੰਤੁਸ਼ਟ ਹੋ ਜਾਵੇਗਾ ਏਕੈ ਭਾਈ ਤੋਂ ਭਾਵ ਏਕ ਰਸ ਪ੍ਰਭੂ ਦਾ ਜਾਪ ਕਰੇ ਤਾਂ ਹਿਰਦੇ ਅੰਦਰ ਭਾਏ ਕਈ ਇਹ ਪ੍ਰਕਾਸ਼ ਹੋ ਜਾਵੇਗਾ ਇੱਕ ਦਾ ਰੂਪ ਹੀ ਭਾਏ ਭਾਵ ਹੋ ਜਾਵੋਗੇ ਭਾਈ રે ਸੰਤ ਜਨਾ ਕੀ ਰੇਣ हे ਮੇਰੇ ਭਾਈ ਜਨ हे ਪ੍ਰਭੂ ਜੋ ਰੱਬ ਦੇ ਪਿਆਰੇ ਸੰਤ ਜਨ ਹਨ ਉਹਨਾਂ ਦੇ ਚਰਨਾਂ ਦੀ ਰੇਣ ਧੂੜੀ ਬਣਨਾ ਕਰੋ ਸੰਤ ਸਬਾ ਗੁਰ ਪਾਈਐ ਮੁਕਤ ਪਦਾਰਥ ਠੀਣ ਰਹਾਉ ਇਥੇ ਸਭਾ ਨੂੰ ਪੋਲਾ ਹੀ ਬੋਲਣਾ ਹੈ ਸਭਾ ਸਭਾ ਨਹੀਂ ਕਹਿਣਾ ਇਥੇ ਸਭਾ ਦਾ ਵਾਚਕ ਹੈ ਜਿਵੇਂ ਅਸੀਂ ਬਾਲ ਸਭਾ ਵਿਧਾਨ ਸਭਾ ਲੋਕ ਸਭਾ ਜਾਂ ਅਸੀਂ ਬਹੁਤ ਜ਼ਿਆਦਾ ਇਕੱਠ ਨੂੰ ਕਹੇ ਜਾਂਦੇ ਆ ਉਥੇ ਸੰਤ ਸਭਾ ਲੱਗੀ ਹੈ ਬਹੁਤੇ ਮਹਾਂਪੁਰਖ ਆਏ ਹੋਣ ਉਥੇ ਅੱਜ ਸੰਤ ਸਭਾ ਹੈ ਸੂ ਮਾਰੇ ਕਹਿੰਦੇ ਮਹਾਤਮਾ ਲੋਕਾਂ ਦੀ ਸੰਗਤ ਵਿੱਚ ਮਿਲ ਕੇ ਗੁਰਾਂ ਦੇ ਉਪਦੇਸ਼ ਨੂੰ ਪਾਈਦਾ ਹੈ ਸੰਤਾਂ ਮਹਾਤਮਾ ਦੀ ਸਭਾ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਪਾਈਦੇ ਹਨ ਸੰਤ ਸਭਾ ਦੁਆਰਾ ਗੋਰ ਕਈਏ ਚੇਤਨ ਸਰੂਪ ਨੂੰ ਪਾ ਲਈਦਾ ਹੈ ਸਾਧ ਸੰਗਤ ਮੁਕਤੀ ਰੂਪੀ ਪਦਾਰਥ ਦੇਣ ਵਾਸਤੇ ਕਾਮ ਤੀਨ ਹੈ ਭਾਵ ਕਾਮ ਤੀਨ ਮਨ ਬਾਛਤ ਫਲ ਦੇਣ ਵਾਲੀ ਸਵਰਗ ਦੀ ਗਊ ਜੋ ਹੈ ਇਹ ਸਾਧ ਸੰਗਤ ਹੀ ਹੈ ਜੋ ਮੁਕਤੀ ਪਦਾਰਥ ਵੀ ਦਿੰਦੀ ਹੈ ਅਤੇ ਸਾਰੇ ਹੋਰ ਵੀ ਸਤ ਗੁਣ ਪ੍ਰਾਪਤ ਹੁੰਦੇ ਹਨ ਰਹਾਉ ਬਿਸਰਾਮ ਦੇ ਕਰਕੇ ਸਤਿਗੁਰੂ ਕਿਰਪਾ ਕਰੇ ਹਨ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈ ਹੈ ਦਰ ਘਰ ਮਹਿਲ ਪਿਆਰ ਪਰਮੇਸ਼ਰ ਦਾ ਉੱਚੋ ਕੀ ਇਹ ਉੱਚਾ ਥਾਨ ਅਸਥਾਨ ਭਾਵ ਸੱਚਖੰਡ ਜੋ ਬ੍ਰਹਮ ਲੋਕ ਦੇਵ ਲੋਕ ਤੇ ਬੈਕੁੰਠ ਨਾਲੋਂ ਵੀ ਉੱਚਾ ਸ਼ੋਭਨੀਕ ਹੈ ਉਸ ਮਰਾਰ ਪ੍ਰਭੂ ਦਾ ਸੱਚਖੰਡ ਜੋ ਸਭ ਪੁਰੀਆਂ ਆਦਤੋਂ ਉਪਰ ਹੈ ਸੱਚ ਕਰਨੀ ਸੱਚੀ ਕਮਾਈ ਦੇ ਕਰਨ ਕਰਕੇ ਸੱਚਖੰਡ ਨੂੰ ਪਾਈਦਾ ਹੈ ਉਸ ਦੇ ਸਤ ਸੰਗਤ ਰੂਪੀ ਦਵਾਰੇ ਵਿੱਚ ਸਰੂਪ ਰੂਪੀ ਘਰ ਵਿੱਚ ਤੇ ਮਹਿਲ ਤੁਰਿਆ ਪਦ ਵਿੱਚ ਜੇ ਪਿਆਰ ਹੋਵੇ ਤਾਂ ਫਿਰ ਇਹ ਦਾਤ ਪਾਈਦੀ ਹੈ ਗੁਰਮਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ ਗੁਰਮਖ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਸਮਝਾਈਏ ਸਮਝਾਉਣਾ ਕਰੀਏ ਤਦੋਂ ਆਤਮ ਰਾਮ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਗੁਰਮਖ ਜਨ ਆਤਮਾ ਰੂਪ ਰਾਮ ਦੀ ਵਿਚਾਰ ਕਰਕੇ ਮਨ ਨੂੰ ਸਮਝਾਉਂਦੇ ਹਨ ਗੁਰਮੁਖਾਂ ਦੀ ਸੰਗਤ ਕਰਕੇ ਮਨ ਨੂੰ ਸਮਝਾਈਦਾ ਹੈ ਜੋ ਸਰਬਦਾ ਆਤਮਾ ਆਪਣਾ ਆਪ ਰੂਪ RAM ਪਰਮੇਸ਼ਰ ਹੈ ਉਸ ਦੀ ਵਿਚਾਰ ਹਿਰਦੇ ਵਿੱਚ ਧਾਰਨ ਕਰੋ ਭਾਵ ਆਤਮਾ ਹੀ RAM ਹੈ ਤੇ RAM ਹੀ ਆਤਮਾ ਹੈ ਇਸ ਤੋਂ ਭਿੰਨ ਸਭ ਅਨਾਤਮਾ ਜੜ ਹਨ ਚੇਤਨ ਤੋਂ ਭਿੰਨ ਸਭ ਅਚੇਤਨ ਜੜ ਹਨ ਇਸ ਕਰਕੇ ਆਪਣਾ ਆਪ ਰੂਪ ਜੋ ਜੀਵ ਦਾ ਸਾਖੀ ਹੈ ਉਹ ਆਤਮ RAM ਹੈ ਜੋ ਆ RAM ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹੀ ਚੇਤਨ ਹੈ ਤ੍ਰੇ ਬਿੱਧ ਕਰਮ ਕਮਾਈ ਇਹ ਆਸ ਅੰਦੇਸਾ ਹੋਏ ਜਦੋਂ ਕੋਈ ਤ੍ਰੇ ਬਿੱਧ ਕਹੀਏ ਤਿੰਨ ਪ੍ਰਕਾਰ ਦੇ ਕਰਮਾਂ ਨੂੰ ਉੱਤਮ ਮੱਧਮ ਕ੍ਰਿਸ਼ਟ ਕਰੇ ਤਾਂ ਪਹਿਲਾਂ ਆਸ ਇਛਾ ਲੱਗਦੀ ਹੈ ਕਿ ਮੈਨੂੰ ਸਵਰਗ ਦੇ ਸੁੱਖ ਪ੍ਰਾਪਤ ਹੋਣਗੇ ਜਾਂ ਸੰਸਾਰ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ ਫਿਰ ਅੰਦੇਸਾ ਸੰਸਾ ਬਣਿਆ ਰਹਿੰਦਾ ਕਿ ਕਿਤੇ ਕੋਈ ਵਿਗਨ ਨਾ ਪੈ ਜਾਵੇ ਇਹ ਸੰਸਾ ਬਣਿਆ ਰਹਿੰਦਾ ਹੈ ਕਿ ਸਰੀਰ ਸਵਰਗ ਚੋਂ ਕਿਤੇ ਡਿੱਗ ਨਾ ਜਾਵੇ। ਤ੍ਰੇਬਿਦੰ ਦਾ ਰਾਜ ਸੀ ਤਾਮਸੀ ਤੇ ਸਾਧਕੀ। ਜੇ ਤਿੰਨ ਪ੍ਰਕਾਰ ਦੇ ਕਰਮ ਕਰਦੇ ਰਹੀਏ ਤਦ ਵਿਸ਼ੇ ਭੋਗ ਆਦਿਕ ਸੁੱਖਾਂ ਦੀ ਜਾਂ ਸਵਰਗ ਦੇ ਸੁੱਖਾਂ ਦੀ ਆਸ਼ਾ ਬਣੀ ਰਹਿੰਦੀ ਆ। ਤੇ ਨਾਲ ਹੀ ਕੋਈ ਵਿਗਨ ਨਾ ਪੈ ਜਾਵੇ ਇਹ ਅੰਦੇਸ਼ਾ ਇਹ ਸੰਸਾ ਵੀ ਬਣਿਆ ਰਹਿੰਦਾ। ਕਿਉ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਿਜ ਮਿਲਿਆ ਸੁਖ ਹੋਇ। ਸੱਚੇ ਸਤਗੁਰੂ ਤੋਂ ਬਿਨਾ ਤ੍ਰਿਕੁਟੀ ਗਿਆਤਾ ਗਿਆਨਗੇ ਧਿਆਤਾ ਧਿਆਨ ਤੇ ਤੇ ਕਰਤਾ ਕਰਮ ਕਿਰਿਆ ਪਰਮਾਤਾ ਪ੍ਰਮਾਨ ਪ੍ਰੀ ਨਹੀਂ ਛੁੱਟਦੀ ਇਸੇ ਤਰ੍ਹਾਂ ਈੜਾ ਪਿੰਗਲਾ ਤੇ ਸੁਖ ਮਨਾ ਇਹਨਾਂ ਦੀ ਦਸਵੇਂ ਦਵਾਰ ਚ ਤ੍ਰਿਕੁਟੀ ਸਤਗੁਰਾਂ ਤੋਂ ਬਿਨਾ ਨਹੀਂ ਛੁੱਟ ਸਕਦੀ ਸਤਗੁਰੂ ਦੇ ਸਰੂਪ ਚ ਜੇ ਸਹਜੇ ਮਿਲਾਂਗੇ ਤਾਂ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ ਨਿਜ ਘਰ ਮਹਿਲ ਆਸ਼ਾਣੀ ਹੈ ਨਦਰ ਕਰੇ ਮਲ ਧੋਏ ਆਪਣੇ ਨਿਜ ਸਰੂਪ ਰੂਪੀ ਘਰ ਨੂੰ ਤਾਂ ਪ੍ਰਾਪਤ ਹੋਈਦਾ ਹੈ ਜੇ ਸਤ ਸੰਗਤ ਰੂਪੀ ਮਹੱਲ ਪਛਾਣ ਲਈਏ ਸਤ ਸੰਗਤ ਦੁਆਰਾ ਜੇ ਸਤਗੁਰੂ ਜੀ ਕਿਰਪਾ ਦ੍ਰਿਸ਼ਟੀ ਕਰ ਦੇਣ ਤਾਂ ਨਾਮ ਰੂਪੀ ਸਾਬਣ ਤੇ ਪ੍ਰੇਮ ਦੇ ਜਲ ਨਾਲ ਪਾਪਾਂ ਰੂਪੀ ਮਲ ਮੈਲ ਨੂੰ ਧੋ ਲਈਦਾ ਹੈ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਬਿਨਾ ਸਤਿਗੁਰਾਂ ਤੋਂ ਜੀਵ ਦੀ ਵਾਸ਼ਨਾ ਹੰਗਤਾ ਤੇ ਅਵਿਦਿਆ ਰੂਪੀ ਮੈਲ ਨਹੀਂ ਉਤਰਦੀ ਬਿਨਾ ਵਾਹਿਗੁਰੂ ਪ੍ਰਭੀ ਪ੍ਰਭੂ ਪ੍ਰਾਪਤੀ ਤੇ ਬਿਕੁੰਡ ਰੂਪੀ ਘਰ ਨਿਜ ਸਰੂਪ ਰੂਪੀ ਘਰ ਵਿੱਚ ਕਿਵੇਂ ਵਾਸਾ ਹੋ ਸਕਦਾ ਹੈ ਭਾਵ ਨਹੀਂ ਹੋ ਸਕਦਾ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਇਸ ਕਰਕੇ ਗੁਰੂ ਸਾਹਿਬ ਜੀ ਦਾ ਜੋ ਬ੍ਰਹਮ ਦੀ ਪ੍ਰਾਪਤੀ ਵਾਲਾ ਇੱਕੋ ਸ਼ਬਦ ਉਪਦੇਸ਼ ਹੈ ਉਸ ਦੀ ਵਿਚਾਰ ਕਰੀਏ ਅਵਰ ਹੋਰ ਦੇਵੀ ਦੇਵਤਿਆਂ ਦੀ ਆਸ ਤਿਆਗ ਦੇਈਏ ਨਾਨਕ ਦੇਖ ਦਿਖਾਈਐ ਹਉ ਸਦ ਬਲ ਹਾਰੈ ਜਾਸ ਸਤਗੁਰੂ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਸਰੂਪ ਨੂੰ ਦੇਖੀਏ ਗੁਰੂ ਜੀ ਆਪ ਸਰੂਪ ਦੇਖਣ ਵਾਲੇ ਹਨ ਤੇ ਸਿੱਖਾਂ ਤਾਂ ਹੀ ਪ੍ਰਗਟ ਕਰਕੇ ਦਿਖਾ ਦਿੰਦੇ ਹਨ ਅਸੀਂ ਉਸ ਅਕਾਲ ਪੁਰਖ ਤੋਂ ਸੈਂਕੜੇ ਵਾਰੀ ਬਲਹਾਰ ਜਾਂਦੇ ਹਾਂ ਹਮੇਸ਼ਾ ਬਲਹਾਰ ਜਾਂਦੇ ਹਾਂ ਤੁਸੀਂ ਵੀ ਉਸ ਤੋਂ ਬਲਹਾਰ ਜਾਓ ਤਾਂ ਤੁਹਾਨੂੰ ਵੀ ਬ੍ਰਹਮ ਸਰੂਪ ਦੀ ਪ੍ਰਾਪਤੀ ਹੋ ਜਾਵੇਗੀ ਸ੍ਰੀ ਰਾਗ ਮਹੱਲਾ ਪਹਿਲਾ ਅੱਗੇ ਹੁਣ ਗੁਰੂ ਪਾਸ਼ਾ ਇਹ ਸ਼ਬਦ ਵਿੱਚ ਦੱਸ ਰਹੇ ਆ ਕੇਕ ਪਖੰਡੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਚੰਦਨ ਦੇ ਪਉਏ ਪਾ ਕੇ ਆਪਣੇ ਆਪ ਨੂੰ ਸੁਗੰਧੀਆਂ ਨਾਲ ਮਹਿਕਾ ਕੇ ਆਇਆ ਉਹ ਜੋਗਾਣੰਦ ਦਿਖਾ ਕੇ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ ਉਸ ਦੇ ਪਰਥਾਏ ਸਤਿਗੁਰੂ ਜੀ ਨੇ ਸੁਹਾਗਣਾਂ ਤੇ ਦੁਹਾਗਣਾਂ ਦੇ ਦ੍ਰਿਸ਼ਟਾਂਤ ਦੇ ਕੇ ਇਹ ਰੂਪਕ ਅਲੰਕਾਰ ਦੁਆਰਾ ਇਹ ਸ਼ਬਦ ਉਚਾਰਨ ਕੀਤਾ ਤੇ ਪਰਮਾਰਥ ਦਾ ਉਪਦੇਸ਼ ਬਖਸ਼ਿਆ ਸਿਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੇ ਪਾਏ ਉਸ ਦੁਹਾਗਣੀ ਛੁੱਟੜ ਇਸਤਰੀ ਦੇ ਜੀਵਨ ਨੂੰ ਤ੍ਰਿਗ ਤ੍ਰਿਕਾਰ ਹੈ ਉਸ ਦੁਹਾਗਣੀ ਦੂਸਰੇ ਪੁਰਖਾਂ ਤੋਂ ਸੁਖ ਦੀ ਪ੍ਰਾਪਤੀ ਦੀ ਇੱਛਾ ਵਾਲੀ ਇਸਤਰੀ ਨੂੰ ਤ੍ਰਿਕਾਰ ਹੈ ਜੋ ਦੂਜੇ ਪਾਏ ਦੂਸਰੇ ਪਿਆਰ ਕਰਕੇ ਮੁਠੀ ਠੱਗੀ ਹੋਈ ਆ ਇਸੇ ਪ੍ਰਕਾਰ ਉਹਨਾਂ ਮਨਮੁੱਖਾਂ ਦੇ ਜੀਵਨ ਨੂੰ ਤ੍ਰਿਕਾਰ ਵਾ ਜੋ ਪ੍ਰਭੂ ਨਾਮ ਦੀ ਕਮਾਈ ਨਹੀਂ ਕਰਦੇ ਤੇ ਛੁੱਟੜ ਔਸਤਰੀਆਂ ਦੀ ਤਰ੍ਹਾਂ ਨਿਖਸਮੇ ਹੀ ਤੁਰੇ ਫਿਰਦੇ ਹਨ ਤੇ ਹੋ ਰਹੇ ਹਨ ਦ્વੈਤ ਭਾਵ ਕਰਕੇ ਲੁੱਟੇ ਗਏ ਹਨ ਕਾਮ ਕ્રોਧ ਲੋਭ ਮੋਹ ਤੇ ਹੰਕਾਰ ਆਦਿ ਵਿਕਾਰਾਂ ਕਰਕੇ ਲੁੱਟੇ ਗਏ ਹਨ ਕਲਰ ਕੇਰੀ ਕੰਧ ਜਿਓ ਅਹਨਸ ਕੇਰ ਟਹਿ ਪਾਏ ਜਿਸ ਤਰ੍ਹਾਂ ਕਲਰ ਛੋਰੇ ਤੇ ਖਾਰ ਵਾਲੀ ਮਿੱਟੀ ਕੇਰੀ ਦੀ ਕੰਧ ਹੁੰਦੀ ਆ ਜਿਸ ਨੂੰ ਕੇਰੀ ਲੱਗੀ ਹੁੰਦੀ ਆ ਭਾਵ ਢਾ ਲੱਗੀ ਹੁੰਦੀ ਇਹ ਇਸ ਦਿਨ ਰਾਤ ਉਹ ਕਿਰਦੀ ਰਹਿੰਦੀ ਆ ਭਾਵ ਢਾਈਂਦੀ ਰਹਿੰਦੀ ਆ ਅੰਤ ਨੂੰ ਇੱਕ ਦਿਨ ਉਹ ਟੈ ਪੈਂਦੀ ਹੈ ਇਸੇ ਪ੍ਰਕਾਰ ਜਿਹੜੇ ਕਲਰ ਕਲਰੀ ਗੰਧ ਦੀ ਨਿਆਈ ਨਸ਼ਰਦਕ ਪੁਰਸ਼ ਹਨ ਸ਼ਰਦਾ ਨਹੀਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਜੀਵਨ ਰੂਪੀ ਕੰਧ ਨੂੰ ਨਸ਼ਰਦਾ ਦਾ ਕਲਰ ਲੱਗਾ ਆ ਉਹ ਦਿਨ ਰਾਤ ਵਿਸ਼ਿਆ ਕਰਕੇ ਕਰਦੇ ਹਨ ਅਤਿਅੰਤ ਜੀਵਨ ਦੀ ਕੰਧ ਟਹਿ ਢੇਰੀ ਹੋ ਪੈਂਦੀ ਹੈ ਤੇ ਜੂਨੀਆਂ ਵਿੱਚ ਡਿੱਗ ਜਾਂਦੇ ਹਨ ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨ ਜਾਏ ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨ ਜਾਏ ਏ ਭਾਈ ਗੁਰ ਸ਼ਬਦੀ ਕਮਾਈ ਕੀਤੇ ਬਗੈਰ ਆਤਮ ਸ਼ੁੱਧ ਦੀ ਪ੍ਰਾਪਤੀ ਨਹੀਂ ਹੋ ਸਕਦੀ ਪਤੀ ਦੀ ਪ੍ਰਾਪਤੀ ਬੇਨ ਪੇਰ ਭਾਵ ਸੇਵਾ ਤੋਂ ਜੀਵ ਰੂਪੀ ਇਸਤਰੀ ਦੇ ਵਿਛੋੜੇ ਦਾ ਦੁੱਖ ਨਹੀਂ ਜਾ ਸਕਦਾ ਜੀਵ ਗੁਰੂ ਸ਼ਬਦੀ ਕਮਾਈ ਬਿਨਾ ਸੁਖੀ ਨਹੀਂ ਹੋ ਸਕਦਾ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਕੇ ਆਤਮ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਮੁੰਦੇ ਪੇਰ ਬਿਨ ਕਿਆਸੀ ਗਾਰ ਏ ਮੁੰਦੇ ਕਈਏ ਮੂਰਖ ਮੁਗਧ ਇਸਤਰੀ ਪਤੀ ਤੋਂ ਬਿਨਾ ਕੀ ਸ਼ਿੰਗਾਰ ਛੋਬਦਾ ਹੈ ਜਿਵੇਂ ਪਤੀ ਵਿਹੁਣੀ ਇਸਤਰੀ ਦਾ ਸ਼ਿੰਗਾਰ ਵਿਭਚਾਰ ਕਾਰਨ ਹੀ ਹੈ। ਉਵੇਂ ਗੁਰੂ ਤੋਂ ਮਨਮੁਖ ਦੇ ਭੇਖ ਤੇ ਦਿਖਾਵੇ ਵਾਲੇ ਕਰਮ ਕਾਂਡ ਪਖੰਡ ਮਾਤਰ ਹਨ। ਭਾਵ ਬੇਅਰਥ ਤੇ ਲਾਭ ਵੀ ਹੁਨੇ ਹਨ। ਦਰ ਘਰ ਢੋਈ ਨ ਲਹ ਦਰਗਹਿ ਝੂਠ ਕੁਾਰ ਰਹਾਉ। ਜਿਵੇਂ ਦੁਹਾਗਣੀ ਇਸਤਰੀ ਨੂੰ ਪਤੀ ਦੇ ਦਰ ਤੇ ਘਰ ਗ੍ਰਹਿਣ ਦੀ ਗ੍ਰਹਿ ਰਹਿਣ ਦੀ ਕੋਈ ਢੋਈ ਜਗ੍ਹਾ ਪ੍ਰਾਪਤ ਨਹੀਂ ਹੁੰਦੀ। ਮਨਮੁਖ ਲੋਕਾਂ ਨੂੰ ਪ੍ਰਭੂਪਤੀ ਦੇ ਘਰ ਤੇ ਦਰ ਦੀ ਢੋਈ ਪ੍ਰਾਪਤ ਨਹੀਂ ਹੁੰਦੀ। ਉਹ ਦੁਹਾਗਣਾ ਰੂਪੀ ਮਨਮੁਖ ਦਰਗਾਹ ਵਿੱਚ ਝੂਠ ਤੇ ਖਰਾਬ ਦੁਖੀ ਸਿੱਧ ਹੁੰਦੇ ਹਨ। ਝੂਠੇ ਪੁਰਸ਼ ਜਾਂ ਝੂਠੇ ਪਦਾਰਥਾਂ 'ਚ ਮੋਹ ਲਾਉਣ ਵਾਲੇ ਪੁਰਸ਼ ਦਰਗਾਹ ਵਿੱਚ ਖਰਾਬ ਦੁਖੀ ਹੁੰਦੇ ਹਨ ਰਹਾਉ। ਬਿਸਰਾਮ ਦੇ ਕਰਕੇ ਸਤਗੁਰੂ ਕਿਰਪਾ ਕਰੇ ਹਨ। ਆਪ ਸੁਝਾਨ ਨਾ ਭੁੱਲਈ ਸੱਚਾ ਵੱਡ ਕੇ ਰਸਾਣ ਉਹ ਸੁਝਾਨ ਅੰਤਰਜਾਮੀ ਪ੍ਰਭੂ ਆਪ ਸਭ ਦੇ ਘਟ ਘੜ ਦੀ ਜਾਣਣੇ ਵਾਲਾ ਹੈ ਉਹ ਭੁੱਲਦਾ ਨਹੀਂ ਹੈ ਉਹ ਕਦੇ ਕਿਸੇ ਦੇ ਕਰਮਾਂ ਦੇ ਦੁੱਖ ਸੁੱਖ ਭੁੱਲ ਕੇ ਹੋਰ ਨੂੰ ਨਹੀਂ ਦਿੰਦਾ ਭਾਵ ਆ ਭੁੱਲ ਹੈ ਉਹ ਸੰਸਾਰ ਰੂਪੀ ਖੇਤੀ ਕਰਨ ਵਾਲਾ ਸੱਚਾ ਤੇ ਵੱਡਾ ਜ਼ਿਮੀਂਦਾਰ ਕਿਹਾ ਜਾ ਸਕਦਾ ਹੈ ਪਹਿਲਾ ਧਰਤੀ ਸਾਧਕ ਹੈ ਸੱਚ ਨਾਮ ਦੇ ਦਾਨ ਦ੍ਰਿਸ਼ਟਾਂਤ ਦਿੰਦੇ ਹਨ ਜੇਕਰ ਕਿਸੇ ਨੇ ਉਸ ਦਾ ਸਾਂਝੀਵਾਲ ਬਣਨਾ ਹੋਵੇ ਤਾਂ ਉਹ ਕੰਮ ਕਰਦਾ ਹੋਇਆ ਪਹਿਲਾ ਧਰਤੀ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਕੇ ਸਾਫ਼ ਕਰਕੇ ਜ਼ਮੀਨ ਚੰਗੀ ਤਰ੍ਹਾਂ ਵਾਹੀ ਹੋਵੇ ਪਾਣੀ ਦੇ ਕੇ ਤ੍ਰਿਪਤ ਕੀਤੀ ਹੋਵੇ ਰੂੜੀ ਖਾਦ ਪਾ ਕੇ ਚੰਗੀ ਤਰ੍ਹਾਂ ਨਰਮ ਜ਼ਮੀਨ ਬਣਾਈ ਹੋਵੇ ਸਾਦ ਕੇ ਭਾਵ ਸੁਹਾਗਾ ਮਾਰ ਕੀ ਪਧਰੀ ਕੀਤੀ ਹੋਵੇ ਕੱਖ ਪਿਆਜੀ ਅਕ ਆਦ ਨਿਦਾਨ ਪੁੱਟੇ ਹੋਣ ਤਾਂ ਬੀਜਣ ਜੋਗ ਬਣਦੀ ਹੈ ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਐਸਾ ਕਹਿੰਦੇ ਇੱਕ ਨਾਮ ਰੂਪ ਬੀਜ ਬੀਜਣ ਤੋਂ ਨੌ ਨਦੀਆਂ ਨਵਦਾ ਭਗਤੀ ਰੂਪੀ ਖੇਤੀ ਉਪਜਦੀ ਹੈ ਭਾਵ ਪ੍ਰਭੂ ਨੌ ਨਦੀਆਂ ਬਖਸ਼ ਦਿੰਦਾ ਹੈ ਜਦੋਂ ਸ਼ੁਭ ਕਰਮਾਂ ਦਾ ਕਿਰਪਾ ਦਾ ਨਿਸ਼ਾਨ ਲੇਖ ਨਿਸਾਨੀ ਮੱਥੇ ਉੱਪਰ ਪੈ ਜਾਵੇ ਨੌ ਨਦੀਆਂ ਦਾ ਵੀਰਵਾ ਆਪ ਜੀ ਨਾਲ ਸਾਂਝਾ ਕਰਦੇ ਹਾਂ ਅਸਨ ਬਸਨ ਪੂ ਕਨਕ ਪੁੰਨ ਦਾਸੀ ਚੌਂਪ ਗੁਲਾਮ ਰਥਵਾਹੀ ਹਿੰਡਾਏ ਜਾਨੀਏ ਇਹ ਨਵ ਨਿਦ ਕੇ ਨਾਮ ਇਸ ਪ੍ਰਕਾਰ ਸਭ ਬਖਸ਼ਿਸ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਾਸਤਰਾਂ ਅਨਸਾਰ ਨੌ ਨਦੀਆਂ ਇਸ ਤਰ੍ਹਾਂ ਵੀ ਕਥਨ ਕਰਦੇ ਹਨ ਦੋਹਰਾ ਪਦਮ ਮਕਰ ਮਹਾ ਪਦਮ ਹੈ ਕਸ਼ਪ ਕੁੰਦ ਮੁਕੰਦ ਨੀਲ ਖਰਬ ਸੰਖ ਨਭ ਨਿਧ ਦਾਤਾ ਹਰ ਬਖਸ਼ੰਦ ਸੋ ਇਸ ਤਰ੍ਹਾਂ ਗੁਰੂ ਮਾਰ ਅਗੇ ਕਿਰਪਾ ਕਰ ਰਹੇ ਹਨ ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚਜ ਅਚਾਰ ਪੂਰੇ ਗੁਰੂ ਨੂੰ ਬ੍ਰਹਮ ਸਰੂਪ ਜਾਣਨਾ ਹੀ ਜਾਨਣਾ ਸੀ ਪਰ ਜਿਸ ਨੇ ਨਹੀਂ ਜਾਣੀ ਜਾਣਿਆ ਉਸ ਦੇ ਪੱਲੇ ਕੋਈ ਸਿੱਖੀ ਧਾਰਨ ਜਾਂ ਗਿਆਨ ਦਾ ਚੱਜ ਨਹੀਂ ਹੈ ਤੇ ਨਾ ਹੀ ਨਿਸ਼ਕਾਮ ਕਰਮ ਰੂਪੀ ਆਚਾਰ ਸ੍ਰੇਸ਼ਟ ਕਰਤਵ ਹੈ ਅੰਧ ਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਉਸ ਅਗਿਆਨੀ ਅੰਧਲੇ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰਿਆ ਭੁਲਾ ਦਿੱਤਾ ਹੈ ਤੇ ਉਹ ਮਨਮੁਖ ਗੁਬਾਰ ਅਗਿਆਨਤਾ ਦੀ ਗਾੜੀ ਹਨੇਰੇ ਕਾਰਨ ਅੰਨਾ ਉਰਿਆ ਹੈ ਪਾਵਜੂ ਪ੍ਰਭੂ ਤੋਂ ਭੁੱਲੇ ਅਗਿਆਨੀ ਹਨ ਉਹ ਅਸਲੀ ਅੰਨੇ ਹਨ ਮਹਾਰਾਜ ਦੀ ਬਾਣੀ ਦਾ ਪਾਵਨ ਬਾਗ ਹੈ ਅੰਦੇ ਇਹ ਹਿਨ ਆਖੀਆਂ ਜਿਨ ਮੁਖ ਲੋਇਣ ਨਾਹੀ ਪਾਤਸ਼ਾਹ ਫਰਮਾਉਂਦੇ ਹਨ ਕਿ ਇਹਨਾਂ ਨੂੰ ਮਤਾਂ ਆਂਦੇ ਕਹੋ ਜਿਨ੍ਹਾਂ ਦੀ ਅੱਖਾਂ ਹੈ ਨਹੀਂ ਅੰਦੇ ਸੇਈ ਨਾਨਕਾ ਖਸਮ ਮੁਖ ਕੁੱਥੇ ਜਾਹੀ ਹਾਂ ਜਿਹੜੇ ਖਸਮ ਵੱਲੋਂ ਖਾਲੀ ਰਹਿ ਗਏ ਹਨ ਉਹ ਅੰਨੇ ਹਨ ਜਿਹੜੇ ਖਸਮ ਦੀ ਵਿਚਾਰ ਤੋਂ ਸੋਭਿਚਾ ਤੋਂ ਸੁਭ ਵਿਚਾਰ ਤੋਂ ਸ਼ੁਭ ਕਰਮਾਂ ਤੋਂ ਵਾਂਝੇ ਰਹਿ ਗਏ ਆ ਉਹ ਅੰਨੇ ਹਨ ਆਉਣ ਜਾਣ ਨਾ ਚੁੱਕਈ ਮਰ ਜਨਮੈ ਹੋਇ ਖੁਆਰ ਉਸ ਗਿਆਨੀ ਦਾ ਆਉਣਾ ਤੇ ਜਾਣਾ ਭਾਵ ਜਨਮ ਤੇ ਮਰਨ ਨਹੀਂ ਚੁੱਕਦਾ ਮਿਟਦਾ ਨਹੀਂ ਉਹ ਹਲੜ ਦੀਆਂ ਟਿੰਡਾਂ ਵਾਂਗ ਆਵਾ ਗਮਨ ਚ ਤੁਰਿਆ ਰਹਿੰਦਾ ਹੈ ਮੌਤ ਦੇ ਮਾਰੇ ਮਰਦੇ ਤੇ ਵਾਸਨਾ ਦੇ ਬੱਧੇ ਜਨਮ ਦੇ ਰਹਿੰਦੇ ਹਨ ਤੇ ਜੂਨਾ ਚ ਖੁਵਾਰ ਖਰਾਬ ਦੁਖੀ ਹੁੰਦੇ ਹਨ ਪਾਤਸ਼ਾਹ ਦਾ ਪਾਵਨ ਬਾਗ ਹੈ ਜੈਸੀ ਹਰਖਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫਿਰ ਭਰੀਅਤ ਹੈ ਚੰਦਨ ਮੋਲ ਅਣਾਇਆ ਕੁੰਗੂ ਮਾਗ ਸੰਧੂਰ ਜਿਸ ਤਰ੍ਹਾਂ ਕਿਸੇ ਇਸਤਰੀ ਤੇ ਚੰਦਨ ਮੋਲ ਮੁੱਲ ਅਣਾਇਆ ਲਿਆਂਦਾ ਹੋਵੇ ਕੁੰਗੂ ਕੇਸਰ ਤੇ ਸੰਧੂਰ ਮਾਗ ਚੀਰਨੀ ਵਿੱਚ ਪਾ ਲਿਆ ਹੋਵੇ ਜਿਵੇਂ ਹਿੰਦੂ ਔਰਤਾਂ ਮਾਂਗ 'ਤੇ ਸੰਧੂਰ ਪਾਉਂਦੀਆਂ ਇਸ ਨੂੰ ਸੁਹਾਗ ਦੀ ਨਿਸ਼ਾਨੀ ਉਹ ਸਮਝਦੀਆਂ ਹਨ ਚੋਆ ਚੰਦਨ ਬੋਹ ਕਣਾ ਪਾਨਾ ਨਾਲ ਕਪੂਰ ਬਹੁਤ ਘਣਾ ਜਿਆਦਾ ਚੰਦਨ ਅਤਰ ਲਾ ਲਿਆ ਤੇ ਹੋਠ ਬੁੱਲ ਰੰਗਣ ਲਈ ਪਾਨ ਪੱਤਿਆਂ ਨਾਲ ਮਿਲਾ ਕੇ ਕਪੂਰ ਚੱਬ ਲਿਆ ਜੇ ਤਨਕੰਤ ਨਾ ਭਾਵਈ ਤ ਸਭ ਅਡੰਬਰ ਕੂੜ ਪਾਤਸ਼ਾਹ ਵਰਮਾਉਂਦੇ ਹਨ ਇੰਨੇ ਸ਼ਿੰਗਾਰ ਕਰਨ ਤੇ ਵੀ ਜੇਕਰ ਇਸਤਰੀ ਕੰਤਪਤੀ ਪ੍ਰਭੂ ਨੂੰ ਨਾ ਭਾਵਈ ਚੰਗੀ ਨਹੀਂ ਨ ਲਗੀ ਉਸ ਦੇ ਸਾਰੇ ਏਡੰਬਰ ਦਿਖਾਵੇ ਕੂੜ ਭਾਵ ਝੂਠੇ ਹਨ ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜੁਗ ਅਨੰਦ ਨਾਲ ਸਾਰੇ ਰਸਾਂ ਕਸਾਂ ਦਾ ਭੋਗਣਾ ਬਾਦ ਵਿਅਰਥ ਹੈ ਤੇ ਇਹ ਡੰਬਰ ਰੂਪੀ ਸਾਰੇ ਸ਼ਿੰਗਾਰ ਕੋਟੀਕਾਰ ਦਾ ਕਾਰਨ ਇਹ ਸਾਰੇ ਵਿਕਾਰ ਜਿਹੜੇ ਆ ਪਾਵੇ ਸਾਧਨ ਵਿਕਾਰ ਪੈਦਾ ਕਰਨ ਵਾਲੇ ਹਨ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋਹੈ ਗੁਰਦੁਆਰ ਜਬ ਕਹੀਏ ਜਦੋਂ ਤੱਕ ਗੁਰਾਂ ਦੇ ਸ਼ਬਦ ਦੁਆਰਾ ਮਨ ਨੂੰ ਭੇਦੀਐ ਨਹੀਂ ਵਿੰਨ ਲੈਂਦੇ ਸ਼ਬਦ ਦਾ ਭੇਦ ਪ੍ਰਾਪਤ ਨਹੀਂ ਹੁੰਦਾ ਜਦੋਂ ਤੱਕ ਮਨ ਬ੍ਰਹਮਚ ਅਭੇਦ ਨਹੀਂ ਹੋਇਆ ਉਨਾਂ ਚਿਰ ਗੁਰੂਦਵਾਰੇ ਕਿਉ ਸ਼ੋਭਾ ਪਾਵੇਂਗਾ ਉਨਾਂ ਚਿਰ ਸਰੂਪ ਵਿੱਚ ਕਿਵੇਂ ਸ਼ੋਭਾ ਪਾਵੇਂਗਾ ਗੁਰੂ ਚੇਤਨ ਹੈ ਤੇ ਉਸ ਦੇ ਦਵਾਰ ਗਿਆਨ ਚ ਸਥਿਤ ਹੋ ਕੇ ਕਿਵੇਂ ਸ਼ੋਭਾ ਪਾਵੇਂਗਾ ਭਾਵ ਨਹੀਂ ਸ਼ੋਭਾ ਪਾਵੇਂਗਾ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਉਹ ਸੰਤ ਰੂਪੀ ਸੁਹਾਗਣਾ ਤਾਂ ਹਨ ਜਿਨ੍ਹਾਂ ਦਾ ਪ੍ਰਭੂ ਸਹ ਪਤੀ ਨਾਲ ਸਾਥ ਪਿਆਰ ਸਨੇਹ ਹੈ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਨਾਨਕ ਦੇਵ ਜੀ ਨੇ ਉਜਾੜ ਵਿੱਚ ਪਈ ਮ੍ਰਿਤਕ ਦੇਹ ਨੂੰ ਦੇਖ ਕੇ ਇਹ ਵਿਰਾਗਮਈ ਸ਼ਬਦ ਉਚਾਰਨ ਕੀਤਾ ਸੁੰਝੀ ਦੇਹ ਡਰਾਵਣੀ ਜਾ ਜੀਵ ਵਿੱਚ ਹੋ ਜਾਏ ਉਦੋਂ ਇਹ ਦੇਹ ਸੁੰਝੀ ਖਾਲੀ ਡਰਾਉਣੀ ਵਿਕਰਾਲ ਭਾਵ ਡਰ ਦੇਣ ਵਾਲੀ ਰਹਿ ਜਾਂਦੀ ਹੈ ਜਦੋਂ ਜੀਵ ਆਤਮਾ ਸੂਖਮ ਸਰੀਰ ਇਸ ਵਿੱਚੋਂ ਨਿਕਲ ਕੇ ਚਲਾ ਜਾਂਦਾ ਹੈ ਭਾਵ ਪ੍ਰਾਣ ਨਿਕਲਣ ਉਪਰੰਤ ਸੁੰਜੀ ਖਾਲੀ ਦੇਹ ਪੈਦਾਇਕ ਹੋ ਜਾਂਦੀ ਹੈ ਲੋਕ ਡਰਦੇ ਹਨ ਕੋਈ ਭੂਤ ਦੇ ਕੋਈ ਪ੍ਰੇਤ ਕਹਿੰਦਾ ਹੈ ਕਈ ਲੋਕਾਂ ਕਾਨੇ ਮਿਣ ਕੇ ਪਾਸ ਰੱਖਦੇ ਹਨ ਕਿ ਮੁਰਦਾ ਵਾਧ ਨਾ ਜਾਵੇ ਸਭ ਇਸ ਤੋਂ ਭੈਅ ਕਰਦੇ ਹਨ ਪਾਹੇ ਬਲੰਦੀ ਵਿੱਜਵੀ ਤੂ ਨਨਿਕਸਿਓ ਕਾਇ ਸਰੀਰ ਵਿੱਚ ਅਨ ਆਦ ਪਚਾਉਣ ਵਾਲੀ ਭਾਹੇ ਕਹਿੰਦੇ ਜઠਰ ਅਗਨੀ ਬਲੰਦੀ ਜੋ ਬਲਦੀ ਸੀ ਜੀਵ ਆਤਮਾ ਤੇ ਪ੍ਰਾਣ ਨਿਕਲਣ ਤੇ ਨਾਲ ਹੀ ਉਹ ਵੀ ਵਿਜਿਵੀ ਬੁਝ ਗਈ। ਭਾਵ ਸਰੀਰ ਠੰਡਾ ਹੋ ਗਿਆ। ਹੁਣ ਕੋਈ ਧੂ ਇਸ ਨੂੰ ਧੂਓ ਨਹੀਂ ਪੜਨਾ। ਧੱਦੇ ਨੂੰ ਦੁਲੈਂਕੜ ਇਹ ਥੋੜਾ ਜਿਹਾ ਲੰਬਾ ਕਰ ਲੈਣਾ ਪਣ ਲੱਗਿਆ। ਊੜੇ ਨੂੰ ਔਂਕੜ ਫਿਰ ਪਾੜ ਹੋਵੇਗਾ। ਧੂ ਸਵਾਸਾਂ ਰੂਪੀ ਧੂਆ ਹੁਣ ਨਹੀਂ ਨਿਕਲਦਾ। ਭਾਵ ਸਵਾਸ ਵੀ ਨਹੀਂ ਚੱਲਦਾ। ਪੰਜੇ ਰੁਨੇ ਦੁੱਖ ਭਰੇ ਬਿਨ ਸੇ ਦੂਜੈ ਭਾਇ ਕਹਿੰਦੇ ਪੰਜੇ ਨਿਕਟ ਵਰਤੀ ਸੰਬੰਧੀ ਮਾਂ ਪਿਓ ਇਸਤਰੀ ਪੁੱਤਰ ਭਰਾ ਇਹ ਪੰਜੇ ਦੁੱਖਾਂ ਵਿੱਚ ਭਰੇ ਰਹੁੰਦੇ ਹਨ ਇਸ ਪ੍ਰਕਾਰ ਦੂਜੇ ਭਾਇ ਦ્વੈਤ ਭਾਵ ਕਰਕੇ ਸੰਸਾਰ ਦੇ ਸਾਰੇ ਜੀਵ ਬਿਨ ਸੇ ਕਈੇ ਨਾਸ਼ ਹੋ ਰਹੇ ਹਨ ਮੂੜੇ RAM ਜਪੋ ਗੁਣ ਸਾਰ हे मूर्ख गुणसार श्रेष्ठ ਗੁਣਾਂ ਨੂੰ ਧਾਰਨ ਕਰਨ ਲਈ राम ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਜਪਣਾ ਕਰ ਕਿਉਂਕਿ ਇਸ ਦੇਹੀ ਦਾ ਹਾਲ ਅੰਤ ਨੂੰ ਇਹੋ ਹੋਣਾ ਹੈ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਾਉ ਹਉ ਮੈਂ ਦੇਦੀ ਹੰਗਤਾ ਪਦਾਰਥਾਂ ਦੀ ਮਮਤਾ ਭਾਵ ਮੋਹ ਤੇ ਮੋਹਣੀ ਮਾਇਆ ਕਰਕੇ ਅਤੇ ਹੰਕਾਰ ਹੰਕਾਰ ਕਰਕੇ ਸਾਰੀ ਸ੍ਰਿਸ਼ਟੀ ਠੱਗੀ ਜਾਂਦੀ ਹੈ ਪਾਵ ਸਾਰੀ ਦੁਨੀਆ ਇਨਾ ਔਗਣਾ ਕਰਕੇ ਹੀ ਅੰਤ ਨੂੰ ਜੀਵਨ ਸਮਾਪਤ ਕਰਕੇ ਚਲੀ ਜਾਂਦੀ ਹੈ ਰਹਾਉ ਵਿਸਰਾਮ ਦੇ ਕਰਕੇ ਫਰਮਾਉਂਦੇ ਹਨ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਹਾਂ ਦੂਜੀਆਂ ਦਵੇਤ ਜਾਂ ਦੁਬਧਾ ਵਾਲੀਆਂ ਕਾਰਿਆਕਾਰਾਂ ਵਿੱਚ ਲੱਗ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਿਉਂਦਿਆਂ ਹੀ ਵਿਸਾਰਿਆ ਭੁਲਾ ਦਿੱਤਾ ਹੈ ਦੁਬਿਦਾ ਲਾਗੇ ਪਚਮੁਏ ਅੰਤਰ ਤ੍ਰਿਸਨਾ ਅਗ ਉਹ ਦੁਬਦਾ ਦੁਚਿਤੀ ਦੋ ਵਿਧੀਆਂ ਵਿੱਚ ਲੱਗ ਕੇ ਪਚਮੁਏ ਖਚੇ ਧੋਕੇ ਖਪ ਖਪ ਮਰ ਜਾਂਦੇ ਹਨ ਕਿਉਂਕਿ ਉਹਨਾਂ ਅੰਦਰ ਤ੍ਰਿਸਨਾ ਰੂਪੀ ਅਗ ਸੀ ਜਿਸ ਨਾਲ ਉਹ ਸੜ ਜਾਂਦੇ ਹਨ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਧੰਦੇ ਠਗ ਜਿਨ੍ਹਾਂ ਦੀ ਸਤਗੁਰੂ ਜੀ ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਹੋਏ ਹਨ ਉਹੋ ਹੀ ਵਿਕਾਰਾਂ ਜਮਾ ਤੋਂ ਉਬਰੇ ਬਚੇ ਹਨ ਹੋਰ ساری ਦੁਨੀਆ ਧੰਦੇ ਠੱਗ ਧੰਦਿਆਂ ਰੂਪੀ ਠੱਗਾਂ ਨੇ ਮੁਠੀ ਹੁੰਦੀ ਹੈ ਲੁੱਟ ਲਈ ਹੈ ਭਾਵ ਧੰਦੇ ਨਹੀਂ ਮੁੱਕਦੇ ਬੰਦੇ ਮੁੱਕ ਜਾਂਦੇ ਹਨ ਬੰਦਾ ਜਿਹਦੇ ਜੀ ਕਹਿੰਦਾ ਮੇਰੇ ਕੰਮ ਨਹੀਂ ਮੁੱਕੇ ਆਹ ਕਰਨਾ ਮੈਂ ਆਹ ਕਰਨਾ ਇਸੇ ਕਰਕੇ ਗੁਰੂ ਘਰੇ ਨਹੀਂ ਆਉਂਦਾ ਸੰਗਤ ਵਿੱਚ ਨਹੀਂ ਬਹਿੰਦਾ ਨਾਮ ਨਹੀਂ ਜਪਦਾ ਪਾਤਸ਼ਾ ਫਰਮਾਉਂਦੇ ਜਿਹ ਧੰਦੇ ਮੈਂ ਉਹੇ ਲਪਟਾਈ ਉਹਨ ਤੇ ਦੁਗਣ ਦਿੜੀ ਉਨਮਾਈ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਬੰਦੇ ਦੀ ਜੋ ਸਬੰਧੀਆਂ ਨਾਲ ਪ੍ਰੀਤ ਸੀ ਉਹ ਵੀ ਮੁਈ ਮਰ ਗਈ ਤੇ ਮਰਦਿਆਂ ਹੀ ਪਿਆਰ ਵੀ ਗਿਆ ਚਲਾ ਗਿਆ ਅਤੇ ਲੋਕਾਂ ਨਾਲ ਜੋ ਵੈਰ ਜਾਂ ਵਿਰੋਧ ਝਗੜੇ ਆਦ ਸਨ ਉਹ ਵੀ ਨਾਲ ਹੀ ਮਰ ਗਏ ਲੋਕ ਕਹਿੰਦੇ ਹਨ ਕਿ ਜਦੋਂ ਬੰਦਾ ਮਰ ਹੀ ਗਿਆ ਹੁਣ ਵੈਰ ਵਿਰੋਧ ਕਿਸ ਨਾਲ ਕਰਨਾ ਹੈ ਧੰਦਾ ਥੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ ਧੰਦਿਆਂ ਵੱਲੋਂ ਵੀ ਥੱਕ ਗਿਆ ਤੇ ਹਉਮੇ ਵੀ ਨਾਲ ਹੀ ਮਰ ਗਈ ਹੈ ਮਮਤਾ ਜੋ ਪਦਾਰਥਾਂ ਦੀ ਦੌੜ ਸੀ ਇਹ ਵੀ ਮਰ ਗਈ ਤੇ ਕ੍ਰੋਧ ਵੀ ਦੇਹੀ ਛੱਡ ਗਿਆ ਹੈ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਜੇ ਚੰਗੇ ਕਰਮ ਹੋਣ ਜੀਵ ਦੇ ਤਾਂ ਔਗਣਾ ਨੂੰ ਛੱਡ ਕੇ ਸੱਚੇ ਸਤਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਜੇ ਸਤਗੁਰਾਂ ਪਾਸੋਂ ਸੱਚਾ ਨਾਮ ਮਿਲੇ ਤਾਂ ਸਤ ਸਰੂਪ ਨੂੰ ਪਾਈਦਾ ਹੈ ਖੇ ਭਾਈ ਜਿਵੇਂ ਮਨੁੱਖ ਨੇ ਮਰ ਕੇ ਸਭ ਕੁਝ ਛੱਡ ਦਿੱਤਾ ਪਰ ਰੱਬ ਦੇ ਪਿਆਰੇ ਜੋ ਗੁਰਮਖ ਹਨ ਉਹ ਜਿਉਂਦਿਆਂ ਹੀ ਸਦਾ ਆਪਣੇ ਮਨ ਨੂੰ ਰੋਕ ਕੇ ਰੱਖਦੇ ਹਨ ਭਾਵ ਉਹ ਆਪਣੇ ਮਨ ਚੇਤ ਦੀ ਵਿਰਤੀ ਨੂੰ ਵਿਕਾਰਾਂ ਜਾਂ ਔਗਣਾ ਵੱਲ ਨਹੀਂ ਜਾਣ ਦਿੰਦੇ ਤੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਈ ਜਿਹੜੇ ਮਨੁੱਖ ਸੱਚੀ ਕਾਰੈ ਭਗਤੀ ਰੂਪੀ ਸੱਚੀ ਕਾਰ ਕਰਦੇ ਹਨ ਉਹਨਾਂ ਨੂੰ ਗੁਰਾਂ ਦੁਆਰਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਸੱਚ ਸਰੂਪ ਪ੍ਰਾਪਤ ਹੁੰਦਾ ਹੈ ਉਹ ਗੁਰਾਂ ਦੀ ਮਤਿ ਦੁਆਰਾ ਅਮਰਤ ਨਾਮ ਨੂੰ ਹਿਰਦੇ ਰੂਪੀ ਪੱਲੇ 'ਚ ਪਾ ਲੈਂਦੇ ਆ ਸੂ ਨਰ ਜਮੈ ਨਾਮ ਰਹਿ ਨਾ ਆਵੈ ਨਾ ਜਾਇ ਉਹ ਮਨੁੱਖ ਫਿਰ ਨਾ ਜਮੈ ਜਮਦੇ ਹਨ ਤੇ ਨਾ ਹੀ ਵਾਰ ਵਾਰ ਮਰੈ ਮਰਦੇ ਹਨ ਭਾਵ ਉਹਨਾਂ ਦਾ ਆਵਾਗਮਨ ਖਤਮ ਹੋ ਜਾਂਦਾ ਹੈ ਫਿਰ ਨਾ ਉਹ ਵਾਸ਼ਨਾ ਦੇ ਬੱਦੇ ਦੁਨੀਆਂ ਵਿੱਚ ਆਉਂਦੇ ਆ ਤੇ ਨਾ ਹੀ ਮਰ ਕੇ ਜਾਂਦੇ ਆ ਨਾਨਕ ਦਰ ਪਰਧਾਨ ਸੋ ਦਰਗਹਿ ਪੈਦਾ ਜਾਇ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਹ ਗੁਰਮੁਖ ਦਰ ਦਰਗਾਹ ਵਿੱਚ ਪ੍ਰધાન ਮੁਖੀ ਹੁੰਦੇ ਹਨ ਕਿਉਂਕਿ 사ਚਖੰਡ ਵਿੱਚ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਉਹਨਾਂ ਨੂੰ ਸੰਤਾਂ ਭਗਤਾਂ ਵਿੱਚ ਦੁਨੀਆਂ ਵਿੱਚ ਪ੍ਰધાન ਮੁਖੀ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਦਰਗਾਹ ਵਿੱਚ ਜਸ ਰੂਪੀ ਪੋਸ਼ਾਕਾ ਪਹਿਨਾਇਆ ਜਾਂਦਾ ਹੈ ਉਹ ਗੁਰਮੁਖ ਲੋਕ ਤੇ ਪਰਲੋਕ ਵਿੱਚ ਮਾਣ ਪਾਉਂਦੇ ਹਨ ਪਾਤਸ਼ਾਹ ਦਾ ਪਾਵਨ ਵਾਕ ਹੈ ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਉ ਅੱਗੇ ਜਿਹੜਾ ਸਾਹ ਸੰਗ ਦੀ ਸ਼ਬਦ ਆ ਰਿਹਾ ਸ੍ਰੀ ਰਾਗ ਮਹੱਲਾ ਪਹਿਲਾ ਦਾ ਇਹ ਸ਼ਬਦ ਵੀ ਪੂਰਬ ਮ੍ਰਿਤਕ ਸਰੀਰ ਪ੍ਰਥਾਏ ਹੀ ਉਚਾਰਨ ਕੀਤਾ ਸਤਿਗੁਰਾਂ ਨੇ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਮੌਤ ਉਪਰੰਤ ਜਦੋਂ ਸਰੀਰ ਨੂੰ ਚਿਖਾਵਲ ਰੱਖਿਆ ਚਿਖਾ ਦੇ ਵਿੱਚ ਤਾਂ ਸਰੀਰ ਅਗਨੀ ਨਾਲ ਜਲ ਬੜ ਕੇ ਮਿੱਟੀ ਸੁਆਹ ਹੋ ਜਾਂਦਾ ਹੈ ਮਾਇਆ ਦਾ ਮੋਹਿਆ ਹੋਇਆ ਜੋ ਮਨ ਹੈ ਉਹ ਮਨੂਰ ਲੋਹੇ ਦੀ ਮੈਲ ਦੀ ਨਿਆਈ ਪਾਪਾਂ ਦੀ ਮੈਲ ਕਰਕੇ ਭਾਰੀ ਹੋ ਜਾਂਦਾ ਹੈ ਅਰਥਾਤ ਮਨ ਮੌਤ ਸਮੇਂ ਜੜ ਜਾਂ ਮੂਰਛਿਤ ਹੋ ਜਾਂਦਾ ਹੈ ਜਿਵੇਂ ਵਿਸ਼ੇਸ਼ਟ ਪ੍ਰਾਣ ਚ ਲਿਖਿਆ ਹੈ ਕਿ ਮੂਰਛਿਤ ਮਨ ਪੱਥਰਾਂ ਦੀ ਜੂਨੀਆਂ ਚ ਜੁੱਗਾਂ ਤੱਕ ਜੜ ਪਏ ਰਹਿੰਦੇ ਹਨ ਜਦੋਂ ਮੂਰਛਾ ਖੋਲਦੀ ਹੈ ਤਾਂ ਕੀਤਿਆਂ ਕਰਤੂਤਾਂ ਵੀ ਪ੍ਰਗਟ ਹੋ ਜਾਂਦੀਆਂ ਹਨ ਜੇ ਚੰਗੇ ਕਰਮ ਹੋਣ ਤਾਂ ਰਾਮਗਣ ਆ ਕੇ ਲੈ ਜਾਂਦੇ ਹਨ ਜੇ ਮਾੜੇ ਕਰਮ ਹੋਣ ਤਾਂ ਜਮ ਲੈ ਜਾਂਦੇ ਹਨ ਪਾਤਸ਼ਾਹ ਦਾ ਪਾਵਨ ਵਾਕ ਹੈ ਨਾ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉਂ ਪੀੜੀ ਵਿਸ਼ਿਸ਼ਟ ਪੁਰਾਣ ਚ ਲਿਖਿਆ ਹੈ ਕਿ ਜਿਹੜੇ ਨਿਰੇ ਪੁੰਨੀ ਆਦਮੀ ਹੁੰਦੇ ਹਨ ਜਦੋਂ ਉਹਨਾਂ ਦਾ ਵੀ ਸਰੀਰ ਛੁੱਟਦਾ ਹੈ ਤਾਂ ਉਹਨਾਂ ਨੂੰ ਵੀ ਚਾਰ ਘੜੀਆਂ ਲਈ ਮੂਰਛਾ ਆ ਜਾਂਦੀ ਹੈ ਅਤੇ ਉਸ ਸਮੇਂ ਜਿਸ ਪਾਸੇ ਜਾਣਾ ਹੁੰਦਾ ਫਿਰ ਉਹ ਸਾਰੇ ਰਾਹ ਦਿਖਾਉਂਦੇ ਹਨ ਜਮਾਦਕ ਜਾਂ ਰਾਮਗਨ ਆਦਕ ਔਗਣ ਫਿਰ ਲਾਗੂ ਭਏ ਕੂਰ ਵਜਾਵੇ ਤੂਰ ਔਗਣ ਜੋ ਪਾਪ ਕੀਤੇ ਹੋਏ ਸਾਨੂੰ ਫਿਰ ਉਲਟ ਕੇ ਲਾਗੂ ਬੈਰੀ ਹੋ ਜਾਂਦੇ ਭਾਵ ਸ਼ਤਰੂ ਬਣ ਜਾਂਦੇ ਆ ਦੁਸ਼ਮਣ ਬਣ ਜਾਂਦੇ ਆ ਜਿਹੜੇ ਕੂਰ ਝੂਠ ਦੇ ਤੂਰ ਵਾਜੇ ਵਜਾਉਂਦਾ ਸੀ ਉਹ ਝੂਠ ਹੋਣ ਇਸ ਦੇ ਸਿਰ ਚੜ ਕੇ ਵਾਜੇ ਵਜਾਉਂਦਾ ਹੈ ਕਿ ਫਲਾਣੇ ਸਮੇਂ ਦਾ ਬੋਲਿਆ ਏ ਝੂਠ ਹੈ ਤੇ ਇਸ ਨੂੰ ਇਹ ਸਜ਼ਾ ਦਿੱਤੀ ਜਾਵੇ ਬੇਨ ਸ਼ਬਦੈ ਪਰਮਾਈਐ ਦੁਬਦਾ ਡੋਬੇ ਪੂਰ ਬਿਨਾ ਸ਼ਬਦ ਦੀ ਕਮਾਈ ਤੋਂ ਜੀਵ ਨੂੰ ਜੂਨਾ ਚ ਪਰਮਾਇਆ ਜਾਂਦਾ ਹੈ ਇਸ ਦੁਬਦਾ ਦੁਚਿੱਤੀ ਜਾਂ ਦ્વੈਤ ਨੇ ਪੂਰਾ ਦੇ ਪੂਰ ਡੋਬ ਦਿੱਤੇ ਹਨ ਇਸ ਦੁਬਦਾਂ ਨੇ ਸੰਸਾਰ ਸਾਗਰ ਰੂਪੀ ਵਹਿ ਤਰਨੀ ਨਦੀ ਵਿੱਚ ਲੋਕਾਂ ਦੇ ਪੂਰਾ ਦੇ ਪੂਰ ਡੋਬ ਦਿੱਤੇ ਜੋ ਕਿਰੇ ਮਾਨ ਰੂਪੀ ਤੁਲੇ ਬਣਾਈ ਬੈਠੇ ਤੇ ਆਸਾ ਰੂਪੀ ਬੇੜੀਆਂ ਤੇ ਚੜੇ ਫਿਰਦੇ ਸਨ ਮਨ ਰੇ ਸ਼ਬਦ ਤਰੋ ਚਿਤ ਲਾਈ ਹੇ ਮੇਰੇ ਮਨ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ ਹੈ ਤਾਂ ਸਤਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਗੁਰਬਾਣੀ ਵਿੱਚ ਨਾਮ ਗੁਰਮੰਤਰ ਵਾਇਗਰੂ ਵਿੱਚ ਮੂਲ ਮੰਤਰ ਵਿੱਚ ਹਿਰਦਾ ਲਾਏ ਲਾਉਣਾ ਕਰ ਜਿਨ ਗੁਰਮਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਇ ਰਹਾਉ ਜਿਨ੍ਹਾਂ ਨੇ ਗੁਰਮਖ ਮੁਖੀ ਸਤਗੁਰੂ ਦੇ ਮੁਖਾਰ ਬਿੰਦ ਤੋਂ ਨਿਕਲਿਆ ਨਾਮ ਗੁਰਸਿੱਖਾਂ ਦੀ ਸੰਗਤ ਵਿੱਚੋਂ ਨਹੀਂ ਬੂਝਿਆ ਪੁੱਛਿਆ ਨਹੀਂ ਸਮਝਿਆ ਉਹ ਵਾਸ਼ਨਾ ਦੇ ਬੱਦੇ ਸੰਸਾਰ ਵਿੱਚ ਜੰਮਦੇ ਮਰਦੇ ਆਉਂਦੇ ਜਾਂਦੇ ਰਹਿੰਦੇ ਭਾਵਪੂਰਨ ਸਤਗੁਰੂ ਨਾਨਕਦੇਵ ਜੀ ਦੇ ਮੁਖਾਰ ਬਿੰਦ ਤੋਂ ਨਿਕਲਿਆ ਵਾਹਿਗੁਰੂ ਮੰਤਰ ਰੂਪੀ ਨਾਮ ਗੁਰਬਾਣੀ ਰੂਪੀ ਨਾਮ ਨੂੰ ਸਮਝਿਆ ਤੇ ਜਪਿਆ ਹੀ ਸਿੱਖਾਂ ਦੀ ਕਲਿਆਣ ਹੈ ਰਹਾਉ ਬਿਸਰਾਮ ਦੇ ਕਰਕੇ ਸਤਿਗੁਰੂ ਕਿਰਪਾ ਕਰ ਰਹੇ ਹਨ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ हे ਭਾਈ ਸੋ ਕਹੀਏ ਉਹ ਤਨ ਸਰੀਰ ਸੂਚਾ ਪਵਿੱਤਰ ਆਖੀਦਾ ਹੈ ਕਹੀਦਾ ਹੈ ਜਿਸ ਵਿੱਚ ਸੱਚੇ ਅਕਾਲ ਪੁਰਖ ਦਾ ਨਾਮ ਵਸਿਆ ਹੋਵੇ ਅਰਥਾਤ ਲੋਕ ਤਨ ਨੂੰ ਪਵਿੱਤਰ ਕਰ ਲਈ ਤੀਰਥਾਂ ਉੱਤੇ ਜਾਂਦੇ ਹਨ ਤੇ ਨਹਾਣ ਹਾ ਕੇ ਆਪਣੇ ਆਪ ਨੂੰ ਪਵਿੱਤਰ ਹੋਇਆ ਸਮਝਦੇ ਹਨ ਪਰ ਸਰੀਰ ਦੀ ਪਵਿੱਤਰਤਾ ਵੀ ਸਰੀਰ ਦੁਆਰਾ ਨਾਮ ਜਪਿਆ ਹੀ ਹੈ ਅਤੇ ਪਾਪਾਂ ਤੋਂ ਬਚ ਕੇ ਹੀ ਸਰੀਰ ਨੂੰ ਪਵਿੱਤਰ ਰੱਖਿਆ ਜਾ ਸਕਦਾ ਹੈ ਭੈ ਸੱਚ ਰਾਤੀ ਦੇਹੋਰੀ ਜਿਹਾ ਸੱਚ ਸੋਆਉ ਜਿਨ੍ਹਾਂ ਦੀ ਦੇਹੋਰੀ ਦੇਹ ਭਾਵ ਬੁੱਧੀ ਵਾਹਿਗੁਰੂ ਦੇ ਪੈ ਵਿੱਚ ਰਾਤੀ ਕਈ ਰੰਗੀ ਹੋਈ ਹੈ ਉਹਨਾਂ ਨੇ ਜੀਵਾ ਕਰਕੇ ਸੱਚੇ ਨਾਮ ਦਾ ਸਵਾਦ ਲਿਆ ਹੈ ਸੱਚੇ ਨਾਮ ਦਾ ਸਵਾਉ ਲਾਭ ਪ੍ਰਾਪਤ ਕੀਤਾ ਹੈ ਸੱਚੀ ਨਦਰ ਨਿਹਾਲੀ ਐ ਬੌੜ ਨਾ ਪਾਵੇ ਤਾਉ ਜਦੋਂ ਸੱਚੇ ਪਰਮੇਸ਼ਵਰ ਵਾਹਿਗੁਰੂ ਜੀ ਉਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਹੋਈ ਉਹ ਨਿਹਾਲੀਆ ਨਿਹਾਲ ਹੋ ਜਾਂਦੇ ਨੇ ਨੇ ਨਾਮ ਨਿਹੰਦਾ ਹੈ ਹਾਲ ਨਾਮ ਦੁੱਖਾਂ ਦਾ ਹੈ ਜਿਨ੍ਹਾਂ ਦੇ ਕੋਈ ਦੁੱਖ ਨਹੀਂ ਰਹਿੰਦਾ ਵਾਹਿਗੁਰੂ ਦੇ ਸਰੂਪ ਨੂੰ ਨਿਹਾਰ ਦੇਖ ਲੈਂਦੇ ਹਨ ਫਿਰ ਬਹੁੜ ਮੁੜ ਕੇ ਉਹ ਮਾਤਾ ਦੇ ਗਰਭ ਦੇ ਤਾਉ ਵਿੱਚ ਨਹੀਂ ਪਏ ਜਾਂਦੇ ਨਰਕਾਂ ਦੀ ਅੱਗ ਦੇ ਤਾਉ ਤਪਸ਼ ਵਿੱਚ ਨਹੀਂ ਪਏ ਜਾਂਦੇ ਕ੍ਰੋਧ ਈਰਖਾ ਦੀ ਅੱਗ ਦੇ ਤਾਉ ਵਿੱਚ ਨਹੀਂ ਤਪਦੇ ਪਾਪ ਗੁਰਮੁਖਾਂ ਦੇ ਮਨ ਸਦਾ ਸੁਖੀ ਤੇ ਠੰਡੇ ਰਹਿੰਦੇ ਹਨ ਫਿਰ ਇੱਥੇ ਅਗਲੀ ਪੰਕਤੀ ਤੇ ਪ੍ਰਸ਼ਨ ਹੈ ਕਿ ਸਾਰਾ ਜਗਤ ਕਿਵੇਂ ਪੈਦਾ ਹੋਇਆ ਪਾਤਸ਼ਾਹ ਉੱਤਰ ਦਿੰਦੇ ਹਨ ਸਾਚੀ ਤੇ ਪਵਨਾ ਭਯਾ ਪਵਨੈ ਤੇਜਲ ਹੋਇ हे भाई साचे सच्चे परमेश्वर तो आकाश पवना गई हवा तत् पैदा होया फेर पौणते पौण तो जल पानी भाव अग्नि पृथ्वी आदि तत् पैदा होए सच्चे परमेश्वर तो पवना शब्द पैदा होया फेर पवने शब्द तो जल पानी अग्नि आदि तत् पैदा होए अर्थात एक अद्वैत प्रभु नु इच्छा होई के मैं एक तू अनेक हो जावा पादशाह जी दशम ग्रंथ दा पावन वाक है ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਤਦ ਉਸਨੇ ਮਾਇਆ ਦੀ ਰਚਨਾ ਕੀਤੀ ਅਧਿਆਤਮ ਪ੍ਰਕਾਸ਼ ਦੇ ਬੋਲ ਹਨ ਏਕ ਬ੍ਰਹਮ ਚੈਤਨ ਅਖੰਡ ਤਾਂ ਤੇ ਉਪਜੀ ਇਛਾ ਤਾਂ ਹੀ ਕੋ ਮਾਇਆ ਕਹੀਤ ਹੈ ਨੀਕੇ ਸੁਨੀਏ ਸਿਚਾ ਮਾਇਆ ਵਿੱਚ ਉਸ ਚੇਤਨ ਬ੍ਰਹਮ ਦਾ ਅਭਾਸ ਹੋਇਆ ਜਿਹੜੀ ਸਤੋ ਅੰਸ਼ ਹੈ ਇਹ ਸਤੋ ਅੰਸ਼ ਹੋਈ ਉਸਨੂੰ ਈਸ਼ਵਰ ਕਿਹਾ ਗਿਆ ਇਵੇਂ ਤ੍ਰਿਗੁਣੀ ਮਾਇਆ ਹੋ ਗਈ ਜਿਹੜੀ ਸਤੋ ਅੰਸ਼ ਵਿੱਚ ਚੇਤਨ ਦਾ ਅਪਾਸ ਪਿਆ ਤਾਂ ਉਹ ਮਾਇਆ ਸਭ ਈਸ਼ਵਰ ਹੋ ਗਿਆ ਜਿਹੜੀ ਰਜੋ ਤੇ ਤਮੋ ਚ ਅਪਾਸ ਪਿਆ ਉਹ ਅਵਿਦਿਆ ਕਰਕੇ ਜੀਵ ਕਹਾਉਣ ਲੱਗ ਪਿਆ ਇਸ ਤਰ੍ਹਾਂ ਜੀਵ ਤੇ ਇਸ ਦਾ ਭੇਦ ਹੋਇਆ ਜੋ ਅੰਤਹਿਕਰਣ ਵਿਸ਼ਿਸ਼ਟ ਚੇਤਨ ਹੈ ਇਹ ਜੀਵਕ ਹੁੰਦਾ ਹੈ ਤੇ ਮਾਇਆ ਉਪਾਦ ਚੇਤਨ ਜੋ ਹੈ ਉਹ ਈਸ਼ਵਰ ਕਹਾਉਂਦਾ ਹੈ ਜਲ ਤੇ ਤ੍ਰੇ ਪਵਨ ਸਾਜਿਆ ਘਟ ਘੜ ਜੋਤ ਸਮੋਏ ਹਾਂ ਕਹਿੰਦੇ ਪਾਣੀ ਤੋਂ ਫਿਰ ਤਰੇ ਭਵਨ ਤਿੰਨੇ ਭਵਨਾਂ ਨੂੰ ਸਾਜਿਆ ਰਚਿਆ ਇਉਂ ਉਸ ਪਰਮੇਸ਼ਰ ਦੀ ਜੋਤ ਘਟਾ ਘਟਾ ਵਿੱਚ ਸਮੋਏ ਸਮਾਈ ਹੋਈ ਹੈ ਉਸ ਦੀ ਜੋਤ ਨਾਲ ਹੀ ਸਾਰੇ ਜੀਵ ਜਿਉਂਦੇ ਹਨ ਤੇ ਦਰਖਤ ਆਦ ਜੜ ਵਸਤੂਆਂ ਜੋ ਫੁੱਲਾਂ ਫਲਾਂ ਤੇ ਪੱਤਿਆਂ 'ਤੇ ਟੈਕਦੇ ਹਨ ਉਹਨਾਂ ਵਿੱਚ ਵੀ ਉਸ ਪ੍ਰਭੂ ਦੀ ਜੋਤ ਹੈ ਭਾਵੇਂ ਜੜ ਜਾਂ ਚੇਤਨ ਸਭ ਵਿੱਚ ਉਸ ਪ੍ਰਭੂ ਦੀ ਜੋਤ ਹੀ ਆਪਣਾ ਕੰਮ ਕਰ ਰਹੀ ਹੈ ਨਿਰਮਲ ਮੈਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹ ਭਾਈ ਉਹ ਤਾਂ ਹਮੇਸ਼ਾ ਮੈਲ ਰਹਿਤ ਸਰੂਪ ਹੈ ਜੋ ਕਦੇ ਮੈਲਾ ਨਹੀਂ ਹੁੰਦਾ ਉਹ ਇੱਕ ਰਸ ਰਹਿੰਦਾ ਹੈ ਜਿਹੜੇ ਸਤਗੁਰਾਂ ਦੇ ਸ਼ਬਦ ਵਿੱਚ ਰੰਗੇ ਹੋਏ ਹਨ ਉਹਨਾਂ ਨੂੰ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਬਦ ਵਿੱਚ ਰੰਗਿਆ ਹੋਇਆਂ ਨੂੰ ਜੀਵ ਈਸ਼ ਦੀ ਏਕਤਾ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਪਾਹਿ ਜਿਨ੍ਹਾਂ ਨੇ ਇਹ ਮਨ ਸੱਚੇ ਨਾਮ ਕਰਕੇ ਸੰਤੋਖਿਆ ਸੰਤੁਸ਼ਟ ਕਰ ਲਿਆ ਹੈ ਭਾਵ ਤ੍ਰਿਸ਼ਨਾ ਵੱਲੋਂ ਮਨ ਹਟ ਕੇ ਸੰਤੋਖੀ ਬਣ ਗਿਆ ਹੈ ਉਹਨਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਨਦਰ ਕਰਦੇ ਹਨ ਭਾਵ ਗਿਆਨ ਦ੍ਰਿਸ਼ਟੀ ਖੋਲਦੇ ਹਨ ਤੇ ਫਿਰ ਆਪਣੇ ਸਰੂਪ ਦੀ ਨਜ਼ਰ ਪਾਉਂਦੇ ਹਨ ਜੋ ਸਰੂਪ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੈ ਪੰਜ ਭੂਤ ਸੱਚ ਭੈਰਤੇ ਜੋਤ ਸੱਚੀ ਮਨ ਮਾਹੇ ਜਿਸ ਦੇ ਭੈ ਵਿੱਚ ਪੰਜੇ ਤੱਤ ਵੀ ਰੰਗੇ ਹੋਏ ਹਨ ਭਾਵ ਸਾਰੇ ਤੱਤ ਉਸ ਦੇ ਹੁਕਮ ਚ ਹਨ ਪੌਣ ਸਾਹ ਰੂਪ ਹੋ ਕੇ ਮਰਿਆਦਾ ਚ ਚਲਦੀ ਹੈ ਅਗਨੀ ਜઠਰ ਅਗਨੀ ਰੂਪ ਹੋ ਕੇ ਸਰੀਰਾਂ ਵਿੱਚ ਅਨ ਆਦ ਪਚਾਉਂਦੀ ਹੈ ਆਕਾਸ਼ ਸਾਰਿਆਂ ਨੂੰ ਵਿਹਲ ਦੇਣ ਵਾਲਾ ਹੈ ਪਾਣੀ ਸਾਰਿਆਂ ਦਾ ਜੀਵਨ ਰੂਪ ਹੈ ਤੇ ਪਿਆਸ ਬੁਝਾਉਂਦਾ ਹੈ ਤੇ ਧਰਤੀ ਸਭ ਦੇ ਆਰਾਮ ਕਰਨ ਵਾਲੀ ਹੈ ਪਾਵੇ ਸਾਰੇ ਪੰਜ ਤਾਂ ਉਸਦੇ ਪੈਰ ਵਿੱਚ ਹਨ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੇ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਤਗੁਰੂ ਜੀ ਉਹਨਾਂ ਦੇ ਔਗਣ ਵਿਸਰੇ ਭੁਲਾ ਦਿੰਦੇ ਹਨ ਜੋ ਔਗਣਾ ਵਾਲੇ ਆਦਮੀ ਹਨ ਉਹ ਵਾਹਿਗੁਰੂ ਨੂੰ ਵਿਸਾਰ ਬੈਠੇ ਹਨ ਜਿਨ੍ਹਾਂ ਦੇ ਗੁਣ ਔਗਣ ਵਿਸਰੇ ਭੁੱਲ ਗਏ ਹਨ ਉਹਨਾਂ ਦੀ ਸਤਗੁਰੂ ਜੀ ਪਤ ਲੱਜਿਆ ਰੱਖਦੇ ਹਨ ਪਾ ਉਹਨਾਂ ਦੇ ਸਤਿਗੁਰੂ ਜੀ ਲੋਕ ਪ੍ਰਲੋਕ ਵਿੱਚ ਸਹਾਈ ਹੁੰਦੇ ਹਨ ਇੱਥੋਂ ਤੱਕ ਸਾਡੀ ਵਿਚਾਰ ਅੱਜ ਦੇ ਇਸ ਦੀਵਾਨ ਦੇ ਵਿੱਚ ਹੋਈ ਹੈ ਹਾਜ਼ਰੀ ਦੇ ਵਿੱਚ ਹੋਈ ਹੈ ਬਾਕੀ ਦੀ ਵਿਚਾਰ ਲੜੀ ਵਾਰ ਆਪਾਂ ਅੱਗੇ ਕੱਲ ਨੂੰ ਸਾਝ ਪਾਵਾਂਗੇ ਆਓ 1-2 ਮਿੰਟ ਵਾਸਤੇ ਵਾਹਿਗੁਰੂ ਦਾ ਕੋਈ ਸ਼ਬਦਾਂ ਦਾ ਜਾਪ ਕਰ ਲਈਏ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਧੰਨ ਵਾਹਿ ਗੁਰੂ ਵਾਹਿ ਗੁਰੂ ਧੰਨ ਵਾਹਿ ਗੁਰੂ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ हरियं करियं नृनामे अकामे गोविन्दे मोकुन्दे उदारे अपारे हरियं करियं नृनामे अकामे दयालं सरूपे सदा अंग संगे अपंगं अपङ्गं दुकालं दुकालङ्पर्णासी दयालं सरूपे ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ